ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਵਾਦਦੇ ਹਾਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਗਰਮੀਆਂ ਵਿੱਚ ਇਸ ਵਾਰ ਨਹੀਂ ਲੱਗੇਗਾ ਬਿਜਲੀ ਦਾ ਇੱਕ ਵੀ ਕਟਾ ਸੀਐਮ ਮਾਨ ਦਾ ਦਾਵਾ ਮਿਆਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਇਹ ਦਰਨ ਜਾਣਕਾਰੀ ਦਿੰਦਿਆਂ ਸੀਐਮ ਮਾਨ ਨੇ ਦੱਸਿਆ ਹੈ ਕਿ ਸਰਕਾਰ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 20200 ਕਰੋੜ ਰੁਪਏ ਦੇ ਸਮੁੱਚੇ ਬਕਾਏ ਕਲੀਅਰ ਕਰ ਦਿੱਤੇ ਹਨ ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੀਐਸਪੀਸੀਐਲ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਸਰਕਾਰ ਨੇ ਸਾਰੀ ਸਬਸਿਡੀ ਦਾ ਭੁਗਤਾਨ ਕੀਤਾ ਅਤੇ ਹਣ ਇਸ ਹਾਲ ਗਰਮੀਆਂ ਦੇ ਵਿੱਚ ਇਹ ਬਿਜਲੀ ਸਪਲਾਈ ਠੀਕ ਰਹੇਗੀ ਤੇ ਕੋਈ ਵੀ ਕਟ ਨਹੀਂ ਲੱਗੇਗਾ। ਅਗਲੀ ਵੱਡੀ ਖਬਰ ਟਾਂਡਾ ਵਿਖੇ ਵਾਪਰਿਆ ਰੂਹ ਕੰਬਾਉ ਹਾਦਸਾ ਪਿਓ ਪੁੱਤ ਦੀ ਤੜਪ ਤੜਪਕੇ ਹੋਈ ਮੌਤ। ਜੇ ਆਂ ਦੋਸਤੋ ਹਾਈਵੇ ਤੇ ਪਿੰਡ ਪਤਿਆਣਾ ਨੇੜੇ ਅੱਜ ਜਸਵੇਰੇ ਭਿਆਨਕ ਸ਼ਾਰਟਕ ਹਾਦਸਾ ਵਾਪਰਨ ਕਰਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਰਸ ਦਾ ਸ਼ਿਕਾਰ ਹੋਏ ਦੋਵੇਂ ਵਿਅਕਤੀ ਬਲੈਰੋ ਗੱਡੀ ਦੇ ਵਿੱਚ ਸਵਾਰ ਸੰਤੇ ਹਾਦਸਾ। ਸਵੇਰੇ 6:00 ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਲੱਕੜ ਲੈ ਕੇ ਆ ਰਹੇ ਬਲੈਰੋ ਗੱਡੀ ਦਾ ਅਚਾਨਕ ਟਾਇਰ ਫਟ ਗਿਆ ਤੇ ਬਕਾਬੂ ਹੋਈ ਗੱਡੀ ਸੜਕ ਦੇ ਕਿਨਾਰੇ ਅਦਰਾਖਤ ਦੇ ਵਿੱਚ ਜਾ ਟਕਰਾਈ ਤੇ ਗੱਡੀ ਦੇ ਉੱਪਰ ਖੱਟੇ ਉੱਡ ਗਏ ਹਾਦਸੇ ਦੇ ਦੌਰਾਨ ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਮਿਲੇ ਜਾਣਕਾਰੀ ਦੇ ਮੁਤਾਬਕ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੁਮੇ ਪਿਉਪਤ ਸੰਤੇ ਭੋਗਪੁਰ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟੇ ਵਾਲੇ ਬਟਨ ਨੂੰ ਦਬਕ ਕੇ ਆਲਟ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਮਰਤਾ ਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਤਿਆਰੀ ਨੀਮਾ ਫੌਜੀ ਭਲਤ ਅਤੇ ਪੁਲਿਸ ਅਧਿਕਾਰੀ ਅਗਸਤ ਜੀ ਆਹਣ ਦੋਸਤੋ ਖਾਲਸਤਾਨ ਸਮਰਤਕ ਅਮਰਤਾ ਪਾਲ ਸਿੰਘ ਬੀ ਦਨਾ ਬਾਦਵੀ ਪੁਲਸ ਦੇ ਪਕੜ ਤੋਂ ਬਾਹਰ ਆਤੇ ਪੁਲਸ ਉਹਦੇ ਪਹਾੜ ਲਗਾਤਾਰ ਕਾਰਿਆ ਤੇ ਅਧਰਾਨ ਦੱਸਿਆ ਗਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਸੱਦੇ ਗਈ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਵੇਗਾ ਤੇ ਹੱਦ ਲਈ ਪੰਜਾਬ ਪੁਲਿਸ ਵੀ ਅਲਰਟ ਤੇ ਸੀ ਖਬਰ ਲਿਖੇ ਜਾਣ ਤੱਕ ਅਮਰਤਾ ਪਾਲ ਬਾਰੇ ਸਪਸ਼ਟ ਕੀਤਾ ਗਿਆ ਸੀ ਕਿ ਉਹ ਮੀਟਿੰਗ ਵਿੱਚ ਨਹੀਂ ਆ ਰਿਹਾ ਤੇ ਫਿਰ ਵੀ ਪੁਲਸ ਨੇ ਇਤਿਹਾਤ ਦੇ ਬਜੂ ਆਪਣੀਆਂ ਤਿਆਰੀਆਂ ਕਰ ਲਈਆਂ ਹਨ ਅਗਲੀ ਖਬਰ ਆ ਬੇਮੌਸਮੀ ਬਰਸਾਤ ਦੇ ਕਾਰਨ ਨੁਕਸਾਨੀ ਕਣਕ ਦੇ ਮੁਆਵਜ਼ੇ ਦੇ ਚੈੱਕ ਕਿਸਾਨਾਂ ਨੂੰ ਬਸਾਖੀ ਤੇ ਦਿੱਤੇ ਜਾਣਗੇ ਮਾਨ ਜੀ ਹਾਂ ਦੋਸਤੋ ਆਮ ਆਦਮੀ ਪਾਰਟੀ ਦੇ ਇੱਕ ਸਾਲ ਪੂਰਾ ਹੋਣ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਪੰਜਾਬ ਦੇ ਵਿੱਚ ਜੀਐਸਟੀ ਉਗਰਾਹੀ ਵਿੱਚ 16.6 ਫੀਸ ਵਾਧਾ ਹੋਇਆ ਜੋ ਕਿ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਤੇ ਉਹਨਾਂ ਦਾ ਕਹਿਣਾ ਕਿ ਰਾਜ ਦੀ ਆਪਕਾਰੀ ਨੀਤੀ ਸਰਕਾਰ ਵੰਨ ਤੋਂ 3 ਮਹੀਨੇ ਬਾਅਦ ਆਇਆ ਤੇ ਹੱਦੇ باوجود ਸਰਕਾਰ ਨੇ ਪਿਛਲੇ ਵਿੱਤੀ ਸਾਲ ਦੇ ਵਿੱਚ 8841 ਕਰੋੜ ਰੁਪਏ ਇਕੱਠੇ ਕੀਤੇ ਜੋ ਕਿ ਉਸ ਤੋਂ ਪਿਛਲੇ ਵਿੱਤੀ ਸਾਲ ਦੇ ਨਾਲੋਂ 2587 ਕਰੋੜ ਰੁਪਏ ਵੱਧ ਹੈ ਸਰਕਾਰ ਦਾ ਟੀਚਾ ਇਸ ਨੂੰ 10000 ਕਰੋੜ ਰੁਪਏ ਤੱਕ ਲੈ ਕੇ ਜਾਂਦਾ ਹੈ ਸਰਕਾਰ ਨੇ ਬੇਮੌਸਮੀ ਬਰਸਾਤ ਦੇ ਕਾਰਨ ਕਣਕ ਦੀ ਫਸਲ ਨੂੰ ਹੋਏ ਭਾਰੀ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਸਵੇਰੇ ਬਾਅਦ 60% ਦੇ ਜ਼ਮੀਨ ਦੇ ਗਰਦਾਵਰੇ ਪੂਰੇ ਕਰ ਲਈ ਹੈ ਪਿਛਲੀਆਂ ਸਰਕਾਰਾਂ ਦੇ ਉਲਟ ਜਦੋਂ ਸਾਲਾਂ ਤੱਕ ਗਰਦਾਵਰੀ ਰਿਪੋਰਟ ਵੀ ਨਹੀਂ ਆਈ ਪਰ ਇਸ ਵਾਰ ਬਸਾਖੀ ਦੇ ਮੌਕੇ ਤੇ ਮੁਆਵਜ਼ੇ ਦੇ ਚੈੱਕ ਸੌਂਪੇ ਜਾਣਗੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਿਲੇ ਖੇਤਰ ਦੇ ਵਿੱਚ ਵੀ ਸਰਕਾਰ ਪਹਿਲਾਂ ਹੀ ਪੀਐਸਫੀਐਲ ਨੂੰ 20200 ਕਰੋੜ ਰੁਪਏ ਦੀ ਸਾਰੀ ਰਕਮ ਦੇ ਚੁੱਕੀ ਹੈ ਤੇ ਝੋਨਾ ਲਾਉਣ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ 8 ਘੰਟੇ ਤੋਂ ਬਾਅਦ ਨਰਬਿਗਣ ਬੀਲੇ ਸਪਲਾਈ ਜਕੀ ਨਹੀਂ ਬਣਾਵਾਂਗੇ ਤੇ ਉਦਯੋਗਾਂ ਤੇ ਕੋਈ ਵੀ ਕਟੌਤੀ ਨਹੀਂ ਕੀਤੀ ਜਾਵੇਗੀ। ਰਾਜ ਸਭਾ ਦੇ ਵਿੱਚ ਰਗਵ ਚੱਡਾ ਦਾ ਮਤਾ ਰੱਖਿਆ ਖਾਸ ਅਤੇ ਵੱਡੀਆਂ ਮੰਗਾਂ। ਜਿहां ਦੋਸਤੋ ਆਪਦੇ ਰਾਜ ਸਭਾ ਮੈਂਬਰ ਰਗਵ ਚੱਡਾ ਨੇ ਰਾਜ ਸਭਾ ਦੇ ਵਿੱਚ ਇੱਕ ਨਿੱਜੀ ਮੈਂਬਰ ਦਾ ਮਤਾ ਪੇਸ਼ ਕੀਤਾ ਤੇ ਜਸਬ ਵਿੱਚ ਭਾਰਤ ਸਰਕਾਰ ਨੂੰ ਦੇਖਦੇ ਵਿੱਚ ਨਿਆਂਕ ਸੁਤੰਤਰਤਾ ਨੂੰ ਮਜ਼ਬੂਤ ਕਰਨ ਦੇ ਲਈ ਲੋੜੀਂਦੇ ਕਦਮ ਚੁੱਕਣ ਦੇ ਅਪੀਲ ਕੀਤੇ ਗਏ। ਇਸ ਮਤੇ ਦੇ ਵਿੱਚ ਕਿਹਾ ਗਿਆ ਕਿ ਸੁਪਰੀਮ ਕੋਰਟ ਐਡਵੋਕੇਟਸ ਆਨਰ ਕਾਰਡ ਐਸੋਸੀਏਸ਼ਨ ਬਨਾਮ ਜੂਨੀਅਨ ਆਫ ਇੰਡੀਆ ਦੇ ਬੈਚਾ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਵਿੱਚ 99 ਸੋਧ ਅਤੇ ਰਾਸ਼ਟਰੀ ਨਿਆਂ ਕਨਿਯੁਕਤੇ ਕਮਿਸ਼ਨ ਐਕਟ 2014 ਹਨ ਇਸ ਦੇ ਤਹਿਤ ਹੁਣ ਕੇਂਦਰ ਦੀ ਕਾਰਵਾਈ ਭਾਰਤ ਦੇ ਸੰਵਿਧਾਨ ਦੇ ਉਲੰਘਣਾ ਹੈ ਅਤੇ ਮਾਮਲੇ ਦੇ ਉੱਤੇ ਅਦਾਲਤ ਨੇ ਭਾਰਤ ਨੂੰ ਸਰਕਾਰ ਨੂੰ ਭਾਰਤ ਦੇ ਚੀਫ ਜਸਟਿਸ ਦੇ ਨਾਲ ਸਲਾਹ ਮਸ਼ਵਰਾ ਕਰਕੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਦੇ ਨਿਯੁਕਤੀ ਦੇ ਲਈ ਮੌਜੂਦਾ ਮੈਮੋਰੈਂਡਾ ਆਫ ਪਰੋਸੀਜ਼ਰ ਦੀ ਪੂਰਤੀ ਕਰਨ ਦਾ ਨਿਰਦੇਸ਼ ਦਿੱਤਾ ਹੈ ਹਾਲਾਂਕਿ ਮੌਜੂਦਾ ਮੈਮੋਰੈਂਡਾ ਆਫ ਪਰੋਸੀਜ਼ਰ ਨੂੰ ਪੂਰਾ ਕਰਨ ਦੇ ਲਈ ਕਦਮ ਹਜੇ ਤੱਕ ਨਹੀਂ ਚੁੱਕੇ ਗਏ ਹਨ ਸਿੱਧੂ ਮੂਸੇਵਾਲਾ ਦਾ ਨਾਮ ਆ ਗੀਤ ਅਰਲੀ ਜਹ ਹੁੰਦੇ ਹੀ ਪਿਤਾ ਨੇ ਕਹੀ ਇਹ ਵੱਡੀ ਗੱਲ ਮਰਹੂਮਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਆ ਗੀਤਾ ਮੇਰਾ ਨਾਮ ਆਜਰ ਲੀਜ ਹੋ ਗਿਆ ਤੇ ਅਸ ਨੂੰ ਅਰਲੀ ਜਹ ਹੁੰਦੇ ਹੀ ਕੋਜਮੈਂਟਾਂ ਵਿੱਚ 1 ਮਿਲੀਅਨ ਆਫ ਵਿਊਜ਼ ਮਿਲ ਚੁੱਕੇ ਹਨ ਤੇ ਹਾਜ਼ਰੀਨ ਦਾ ਧੰਨਵਾਦ ਕਰਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਮੈਨੂੰ ਆਪਣੇ ਬੇਟੇ ਤੇ ਮਾਣ ਹੈ ਅਸੀਂ ਚਾਹੁੰਦੇ ਹਾਂ ਕਿ ਸਿੱਧੂ ਹਮੇਸ਼ਾ ਜਿਉਂਦਾ ਰਹੇ ਤੇ ਉਹ ਜਾਣਦਾ ਸੀ ਕਿ ਉਹ ਕੀ ਚੀਜ਼ ਹੈ ਲੋਕਾਂ ਨੇ ਉਸ ਨੂੰ ਭੁੱਲਣ ਦੇ ਬਜਾਏ ਸਗੋਂ ਹੋਰ ਸਤਕਾਰ ਦਿੱਤਾ ਹੈ ਤੇ ਆਪਣੇ ਦਰਾਂ ਦੇ ਵਿੱਚ ਜਗ੍ਹਾ ਦਿੱਤੀ ਹੈ ਤੇ ਜਦੋਂ ਤੋਂ ਸਿੱਧੂ ਨੇ ਆਪਣੀ ਗਾਇਕੀ ਦੇ ਵਿੱਚ ਪੈਰ ਧਰਿਆ ਹੈ ਤੇ ਉਹਦਾ ਹਰ ਗੀਤ ਅੱਗੇ ਵਧਿਆ ਤੇ ਦੂਜੇ ਪਾਸੇ ਇਨਸਾਫ਼ ਬਰੇ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਹ ਰਾਹੁਲ ਗਾਂਦਿਆ ਤੇ ਅਮਿਤ ਸ਼ਿਆਨ ਨੂੰ ਵੀ ਮਿਲ ਚੁੱਕੇ ਹਨ ਦੱਸ ਦਈਏ ਕਿ ਮੂਸੇ ਬਾਲਾ ਦੇ ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੋਏ ਗੀਤ ਅ ਮੇਰਾ ਨਾਂ ਦੇ ਬੋਲ ਵੀ ਸ਼ਾਮਲ ਹਨ ਤੇ ਇਸ ਸਬੰਧ ਵਿੱਚ ਮੂਸੇ ਬਾਲਾ ਦੇ ਮਾਪੇ ਬਰਨਾ ਬੋਏ ਨੂੰ ਮਿਲੰਗਲੈਂਡ ਅਗੇ ਸੰਤੇ ਪਿਤਾ ਬਲਕਾਰ ਸਿੰਘ ਨੇ ਕੁਝ ਸਮਾਂ ਪਹਿਲਾਂ ਗੀਤ ਦਾ ਪੋਸਟਰ ਤੇ ਗੀਤ ਦੇ ਰੀਲੀਜ਼ ਡੇਟਾ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਸੀ ਇਸ ਤੋਂ ਪਹਿਲਾਂ ਐਸਬਾਈਐਲ ਅਤੇ ਬਾਹਰ ਗਾਣੇ ਰੀਲੀਜ਼ ਹੋਏ ਸਨ ਸੂਬਾ ਸਰਕਾਰ ਫਿਰ ਬਹਾਲ ਕਰੇਗੀ ਕਟੇਗੇ ਰਾਸ਼ਨ ਕਾਰਡ ਕੈਬਨਟ ਮੰਤਰੀ ਨੇ ਕਰ ਦਿੱਤਾ ਵੱਡਾ ਐਲਾਨ ਪੰਜਾਬ ਦੇ ਵਿੱਚ ਅਜਿੰਗੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਗੈਰ ਜ਼ਿੰਮੇਵਾਰ ਲੋਕ ਅਤੇ ਜਿਨ੍ਹਾਂ ਦੀ ਆਰਥਿਕ ਹਾਲਤ ਕਾਫੀ ਮਜ਼ਬੂਤ ਹੈ ਤੇ ਉਹ ਵੀ ਸਰਕਾਰੀ ਰਾਸ਼ਨ ਲੈ ਰਹੇ ਹਨ ਤੇ ਲੋੜਵੰਦ ਲਾਪਾਤਰਿਆਂ ਨੂੰ ਰਾਸ਼ਨ ਕਾਰਡ ਨਹੀਂ ਬਣ 파 ਰਹੇ ਹਨ ਤੇ ਇਸ ਨੂੰ ਮੁੱਖ ਰੱਖਦੇ ਹਾਂ ਸਬੰਧਤ ਵਿਭਾਗੀ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਹ ਪ੍ਰਗਟਾਵਾ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਜ਼ਿਲ੍ਹਾ ਪ੍ਰਬੰਧਕ ਦੇ ਕੰਪਲੈਕਸ ਮਾਲਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਦੇ ਕਰਨ ਦੇ ਉਪਰੰਤ ਕੀਤਾ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਮੰਤਰੀ ਲਾਲਚੰਦ ਘਟਾਰੂ ਚੱਕ ਨੇ ਕਿਹਾ ਕਿ ਮਫਤ ਰਾਸ਼ਨ ਦੀ ਸਹੂਲਤ ਦਾ ਲਾਭ ਲੈਣ ਵਾਲੇ ਗਿਆਰਾਂ ਜ਼ਿੰਮੇਵਾਰ ਲੋਕਾਂ ਨੇ ਜਾਂਚ ਕਰਨੀ ਚਾਹੀਦੀ ਹੈ ਸੇ ਭਗਵੰਤ ਸਿੰਘ ਮਾਨ ਜੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਹੇਠ ਸਰਕਾਰ ਦੇ ਵੱਲੋਂ ਦਿੱਤੇ ਗਏ ਪੰਜਾਬ ਸਰਵੇਖਣ ਦਾ ਕੰਮ ਕੀਤਾ ਜਾ ਰਿਹਾ ਜੋ ਕਿ ਲਗਭਗ 90 ਤੋਂ 95% ਮੁਕੰਮਲ ਹੋ ਚੁੱਕਾ ਹੈ ਪਰ ਉਸ ਤੋਂ ਬਾਅਦ ਵੀ ਬਾਰ-ਬਾਰ ਲੋਕਾਂ ਨੇ ਧਿਆਨ ਵਿੱਚ ਇਹ ਲਿਆਂਦਾ ਗਿਆ ਕਿ ਲੋੜਵੰਦਾਂ ਦਾ ਲਾਪਾਤਰੀਆਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ਤੇ ਪਠਾਨਕੋਟ ਵਿਖੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਅਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿੰਨਾ ਵੀ ਲੋੜਵੰਦ ਲਾਪਾਤਰੀਆਂ ਦੇ ਕਾਰਡ ਕੱਟੇ ਗਏ ਹਨ ਤੇ ਉਹਨਾਂ ਦੀ ਦੁਬਾਰਾ ਜਾਂਚ ਕੀਤੀ ਆਵੇ ਤੇ ਇਸ ਦੇ ਲਈ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ। ਜਲੰਧਰ ਜ਼ਿਲ੍ਹੇ ਦੇ ਵਿੱਚ ਬਾਧ ਰਹੇ ਕਰੋਨਾ ਦੇ ਕੇਸਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਸਖਤੀ ਡੀਸੀ ਨੇ ਜਾਰੀ ਕੀਤੇ ਨਵੇਂ ਹੁਕਮ। ਜਲੰਧਰ ਜ਼ਿਲ੍ਹੇ ਦੇ ਵਿੱਚ ਆ ਪਿਤੇ ਦਿਨਾਂ ਦਰਾਂਕੂਵਰ ਦੇ ਬਾਧ ਰਹੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਡੀਸੀ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਸਥਾਨਕ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਦੇ ਦੌਰਾਨ ਡੀਸੀ ਨੇ ਜ਼ਿਲ੍ਹੇ ਦੇ ਹਸਪਤਾਲਾਂ ਦੇ ਵਿੱਚ ਕੋਵਿਡ-19 ਦੇ ਨਾਲ ਨਜਿੱਠਣ ਦੇ ਲਈ ਸਿਹਤ ਸੁਵਿਧਾਾਂ ਮਾ ਉਪਕਰਨਾਂ, ਦਵਾਈਆਂ, ਐਂਬੂਲੈਂਸ, ਆਕਸੀਜਨ ਦੀ ਉਪਲਬਧਤਾ ਦੇਸ਼ ਨੇ ਮੈਂ ਕੀ ਕਰਦਿਆ ਜ਼ਰੂਰ ਤੋਂ ਜ਼ਿਆਦਾ ਟੈਸਟਿੰਗ ਕਰਵਾਉਣ ਤੇ ਜ਼ੋਰ ਦਿੱਤਾ ਭਾਰਤ ਵਿੱਚ ਇੱਕ ਵਾਰ ਫਿਰ ਕਰੋਨਾ ਦਾ ਕਹਿਰ ਜਾਰੀ 24 ਘੰਟਿਆਂ ਦੇ ਵਿੱਚ 6050 ਨਵੇਂ ਮਾਮਲੇ ਦਰਜ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਹੋ ਰਿਹਾ ਤੇ ਹਦੇ ਮੱਦੇ ਨਾਜ਼ਰ ਅੱਜ ਕੇਂਦਰੀ ਸਿਹਤ ਮੰਤਰੀ ਮਨ ਸੋਖਾ ਮੰਡਪੀਆ ਨੇ ਪ੍ਰਧਾਨਗੀ ਦੇ ਹੇਠ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਦੇ ਉੱਚ ਅਧਿਕਾਰੀ ਮੀਟਿੰਗ ਹੋਰੀਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਦੇਸਪਰ ਦੇ ਬੱਚਾ 6000 ਤੋਂ ਵੱਧ ਲੋਕਾ ਕਰੋਨਾ ਸੰਕਰਮਿਤ ਪਾਏ ਗਏ ਹਨ ਇਸ ਤੋਂ ਪਹਿਲਾਂ ਵੀਰਵਾਰ ਨੂੰ ਕਰੋਨਾ ਦੇ 5000 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ ਜੋ 6 ਮਹੀਨਾ ਵਿੱਚ ਸਭ ਤੋਂ ਵੱਧ ਹੈ ਅਗਲੀ ਖਬਰ ਹੈ CRPF ਵਿੱਚ ਹੋਣ ਵਾਲੀ ਹੈ 130000 ਕਾਂਸਟੇਬਲਾਂ ਦੀ ਨਵੀਂ ਭਰਤੀ 10ਵੀਂ ਪਾਸ ਕਰ ਸਕਣਗੇ ਅਪਲਾਈ ਮੰਤਰੀ ਨੇ ਜਾਰੀ ਕੀਤਾ ਨੋਟਿਸ ਹੈ CRPF ਦਾ ਬੈਚ ਬੰਪਰ ਭਰਤਣਾ ਹੁਣ ਜਾ ਰਹੀਆਂ ਹਨ ਤੇ ਇਸ ਭਾਰਤੀ ਮਹਿੰਮ ਦੇ ਰਾਹੀਂ ਕਾਂਸਟੇਬਲਾਂ ਦੀਆਂ ਕੋਲ 130000 ਅਸਾਮੀਆਂ ਦੇ ਲਈ ਉਮੀਦਵਾਰਾਂ ਦੇ ਨਿਯੁਕਤੀ ਕੀਤੀ ਜਾਵੇਗੀ ਤੇ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਦੇ ਵਿੱਚ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਹਾਲਾਂਕਿ ਅਰਜੀ ਦੀ ਸ਼ੁਰੂਆਤ ਅਤੇ ਸਮਾਪਤੀ ਦੀ ਮਿਤੀ ਬਾਰੇ ਕੋਈ ਵੀ ਜਾਣਕਾਰੀ ਉਪਲਬਧ ਨਹੀਂ ਹੈ ਤੇ ਕੇਂਦਰੀ ਅਰਜ਼ਾਰਬਾ ਪੁਲਿਸ ਬਲਦਿਆਂ ਇਹ ਅਸਾਮੀਆਂ ਸਿੱਧੀ ਭਾਰਤੀ ਦੇ ਰਾਹੀਂ ਭਰੀਆਂ ਜਾਣਗੀਆਂ ਐਮਪੀ ਸਿਮਰਨਜੀਤ ਮਾਨ ਨੇ ਕੇਂਦਰੀ ਮੰਤਰੀ ਨਿਤਨ ਅਗੜਕਰੀ ਦੇ ਨਾਲ ਕੀਤੀ ਮੁਲਾਕਾਤ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘਾ ਮਾਨ ਨੇ ਵੀ ਉਤੇ ਦਿਨ ਹਲਕੇ ਦੇ ਲੋਕਾਂ ਦੇ ਸੁਭਾ ਅਤੇ ਕੌਮੀ ਰਾਜਮਾਰਗ ਦੇ ਨਾਲ ਸਬੰਧਤ ਬਕਬਕ ਮਸਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਜੈਰਾਮ ਅਗੜਕਰੀ ਦੇ ਨਾਲ ਮੁਲਾਕਾਤ ਕੀਤੀ ਅਤੇ ਇਹ ਜਾਣਕਾਰੀ ਐਮਪੀ ਮਾਨ ਨੇ ਖੁਦ ਸੰਗਰੂਰ ਸਥਿਤ ਦਫ਼ਤਰ ਦੇ ਰਾਹੀਂ ਸੰਜੀ ਕੀਤੀ ਮੁਲਾਕਾਤ ਦੌਰਾਨ ਸੰਸਦ ਮਾਨਯੋਗ ਕੇਂਦਰੀ ਮੰਤਰੀ ਨੂੰ ਸੰਗਰੂਰ ਦੇ ਅਧੀਨ ਅਰੇਬ 80 ਲੰਕਾ ਸੜਕਾਂ ਦੇ ਨਿਰਮਾਣ ਕਨੌਰੀ ਪਵਾਨੀਗੜ ਅਤੇ ਰੈਂਗਾ ਬੇਕੇ ਬੰਨ ਵਾਲੇ ਓਵਰ ਬ੍ਰਿਜਾਂ ਸਮੇਤ ਹਾਈਵੇ ਦੇ ਨਾਲ ਸੰਬੰਧਿਤ ਬਾਕ-ਬਖ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਹੈ ਅੰਮ੍ਰਿਤਸਰ ਤੋਂ ਵੱਡੀ ਖਬਰ 6 ਦਿਨਾਂ ਬਾਅਦ ਕੱਢੇ লাশ ਕਰ ਵਿੱਚੋਂ ਪੈਸੇ ਗਾਇਬ ਹੋਣ ਤੇ ਕਤਲ ਦਾ ਖਦਸ਼ਾ ਨਿਆ ਦੋਸਤੋ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਤੋਂ 6 ਦਿਨ ਬਾਅਦ ਲਾਸ਼ ਨੂੰ ਕਬਰ ਦੇ ਵਿੱਚੋਂ ਕੱਢਿਆ ਗਿਆ ਤੇ ਪਰਿਵਾਰ ਪਹਿਲਾਂ ਬਜ਼ੁਰਗ ਬੱਗਾ ਸਿੰਘ ਦੀ ਮੌਤ ਨੂੰ ਕੁਦਰਤੀ ਮੰਨ ਰਿਹਾ ਸੀ ਪਰ ਕੁੱਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਤੇ ਜਿਸ ਤੋਂ ਬਾਅਦ ਕਤਲ ਹੁੰਦਾ ਖਦਸ਼ਾ ਪੈਦਾ ਹੋ ਗਿਆ ਤੇ ਤਹਿਸੀਲਦਾਰ ਜਗਸੀਰ ਸਿੰਘ ਦੀ ਹਾਜ਼ਰੀ ਦੇ ਵਿੱਚ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਹੁਣ ਪੁਲਿਸ ਦੇ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਮਰਾ ਸਰਦੇ ਰਾਜਾ ਸੰਸੀ ਦੇ ਅਧੀਨਾ ਪੈਂਦੇ ਪਿੰਡ ਲੰਡੇ ਦੇ ਰਹਿਣ ਵਾਲੇ ਪ੍ਰਿੰਸ ਦੇ ਪ੍ਰਿੰਸ ਨੇ ਪੁਲਿਸ ਦੇ ਕੋਲ ਆਪਣੇ ਚਾਚਾ ਬੱਗਾ ਸਿੰਘ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ। ਉਸ ਨੇ ਦੱਸਿਆ ਕਿ ਉਹਦੇ ਚਾਚਾ ਬੱਗਾ ਸਿੰਘ ਦੀ 1 ਅਪ੍ਰੈਲ ਨੂੰ ਮੌਤ ਹੋ ਗਈ ਤੇ ਉਹ ਉਸ ਨੂੰ ਕੁਦਰਤੀ ਮੌਤ ਮੰਨ ਰਿਹਾ ਸੀ ਤੇ ਉਹਦੋਂ ਹੀ ਪਤਾ ਲੱਗਾ ਕਿ ਉਹਦੇ ਚਾਚੇ ਨੇ ਕਰਜ਼ੇ ਦੀ ਮੁਰਮਮਤ ਦੇ ਲਈ ਉਹਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਸਨ। ਪਰ ਕਰੋ ਪੈਸੇ ਨਹੀਂ ਮਿਲਿਆ ਤੇ ਜਸਤੂ ਬਾਅਦ ਪਰਿਵਾਰ ਨੇ ਮੌਦਾ ਸ਼ੱਕ ਜਤਾਇਆ ਹੈ ਲਾਸ਼ ਨੂੰ 1 April ਨੂੰ ਸ਼ਮਸ਼ਾਨ ਘਾਟ ਦੇ ਵਿੱਚ ਦਫਨਾਇਆ ਗਿਆ ਸੀ ਉਦੋਂ ਵੀ ਸਾਰਿਆਂ ਦਾ ਧਿਆਨ ਆ ਗਲੇ ਵਿੱਚ ਉਪਈ ਰਸੀ ਦੇ ਨਿਸ਼ਾਨ ਅਤੇ ਉਹ ਗੱਟ ਤੇ ਕੱਟੇ ਹੋਏ ਨਿਸ਼ਾਨਾ ਤੇ ਸੀ ਅਤੇ ਕਰੋ ਪੈਸੇ ਨਾ ਮਿਲਣ ਤੇ ਕਤਲ ਦਾ ਸ਼ੱਕ ਜਤਾਇਆ ਗਿਆ ਤੇ ਜਸਤੂ ਬਾਅਦ ਉਹਦੇ ਤਰਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਿਆ ਤੇ ਲਾਸ਼ ਨੂੰ ਦੁਬਾਰਾ ਬਾਹਰ ਕੱਢਣ ਦੀ ਇਜਾਜ਼ਤ ਵੀ ਲਈ ਗਈ ਐਸਐਚਓ ਰਮਨਦੀਪ ਕੋਰ ਅਭਿਦੇਸ਼ਨ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਪਰਿਵਾਰ ਦੇ ਬਿਆਨਾਂ ਤੇ ਆਧਾਰ ਤੇ ਮਾਮਲੇ ਦੀ ਜਿਹੜੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਪੁਲਿਸ ਅਗਲੀ ਕਾਰਵਾਈ ਸ਼ੁਰੂ ਕਰੇਗੀ। ਅਹਿਮ ਖਬਰਾਂ ਮੁਦੇ ਕੈਬਨਟ ਨੇ ਨਮੀ ਘਰੇਲੂ ਗੈਸ ਨੀਤੀ ਤੇ ਲਗਾਈ ਮੋਹਰ ਕਿੰਮਤਾ ਵਿੱਚ ਹੋਵੇਗੀ ਕਟੌਤੀ। ਯਾਹ ਦੋਸਤੋ ਕੇਂਦਰ ਸਰਕਾਰ ਨੇ ਨਵੇਂ ਘਰੇਲੂ ਗੈਸ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੀਐਨਜੀ ਅਤੇ ਪੀਐਨਜੀ 5 ਰੁਪਏ ਤੋਂ ਲੈ ਕੇ 10 ਰੁਪਏ ਤੱਕ ਸਸਤੀ ਹੋ ਸਕਦੀ ਹੈ। ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਕੁਦਰਤੀ ਗੈਸ ਦੀ ਕੀਮਤ ਨਿਰਧਾਰਿਤ ਕਰਨ ਦੇ ਨਵੇਂ ਫਾਰਮੂਲੇ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਸੀਐਨਜੀ ਅਤੇ ਪਾਈਪ ਉਦੇ ਨਾਲ ਪੂਰਤੀ ਕੀਤੇ ਜਾਣ ਵਾਲੇ ਰਸੋਈ ਗੈਸ ਦੀਆਂ ਕੀਮਤਾਂ ਦੀ ਵੱਧ ਤੋਂ ਵੱਧ ਹਾਦਾ ਵੀ ਨਰਧਾਰਤ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਘਰੇਲੂ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਅੱਧੀਆਂ ਰਹਿ ਜਾਣ। ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ।